ਸ਼ਿਵਸ ਐਸ ਹਰਬਨ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ 'ਤੇ ਪ੍ਰਿੰਸੀਪਲ ਮੈਡਮ ਡਾਕਟਰ ਸੁਮਨ ਡੱਡਵਾਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਵਿਸਾਖੀ ਮੇਲਾ ਲਗਾਉਣ ਦਾ ਮੁੱਖ ਮਕਸਦ ਹੈ ਸਾਡੇ ਬੱਚੇ ਸਾਡੇ ਇਤਿਹਾਸ ਤੋਂ ਜਾਣੂ ਕਰਵਾ ਸਕੀਏ। ਇਸ ਮੌਕੇ ਪ੍ਰਿੰਸੀਪਲ ਨਿਰਭੈ ਸਿੰਘ ਨੇ ਦੱਸਿਆ ਕਿ ਸਾਡੇ ਸਕੂਲ ਨੂੰ ਪੜ੍ਹਾਈ ਦੇ ਨਾਲ ਨਾਲ ਹਰ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਬੱਚਿਆਂ ਨੇ ਭੰਗੜਾ ਪਾ ਕੇ ਖੁਸ਼ੀ ਮਨਾਈ। ਇਸ ਮੌਕੇ ਦੀਆਂ ਦੇਖੋ ਤਸਵੀਰਾਂ। ਪਹਿਲਾਂ ਤਾਂ ਅਸੀਂ ਤੁਹਾਨੂੰ ਜਿਉਂ ਆਖਦੇ ਹਾਂ, ਧੰਨਵਾਦ ਕਰਦੇ ਹਾਂ ਕਿ ਤੁਸੀਂ ਵਿਸਾਖੀ ਮੇਲੇ 'ਤੇ ਸਕੂਲ ਦੇ ਵਿੱਚ ਪਹੁੰਚੇ ਹੋ। ਬਾਕੀ ਜੋ ਵੀ ਉਤਸ਼ਾਹ ਹੈ ਬੱਚਿਆਂ ਦਾ, ਕਿਉਂਕਿ ਪੁਰਾਣੀ ਵਿਰਾਸਤ ਹੈ ਜਿਹੜੀ ਬੱਚੇ ਭੁੱਲ ਰਹੇ ਸੀਗੇ, ਉਹਨੂੰ ਇੱਕ ਤਾਜ਼ਾ ਕਰਨ ਵਾਸਤੇ ਬੱਚਿਆਂ ਨੇ ਚੀਜ਼ਾਂ ਬਣਾਈਆਂ ਨੇ। ਬੱਚਿਆਂ 'ਚ ਬਹੁਤ ਵਧੀਆ ਉਤਸ਼ਾਹ ਹੈ, ਕਿਉਂਕਿ ਬੱਚਿਆਂ ਨੂੰ ਕਈ ਚੀਜ਼ਾਂ ਜਿਹੜੀਆਂ ਹੁਣ ਆਪਾਂ ਭੁੱਲ ਹੀ ਚੁੱਕੇ ਹਾਂ ਕਿ ਇਹ ਵੀ ਚੀਜ਼ਾਂ ਸਾਡੀ ਵਿਰਾਸਤ ਦਾ ਹਿੱਸਾ ਨੇ। ਜਿਵੇਂ ਅੱਜ ਬੱਚਿਆਂ ਨੇ ਢਾਰਾ ਬਣਾਇਆ ਹੈ, ਮੂਸਲ ਬਣਾਇਆ ਹੈ, ਘੂਰਾ, ਇਹੋ ਜਿਹੀਆਂ ਚੀਜ਼ਾਂ ਜਿਹੜੇ ਸ਼ਬਦ ਵੀ ਭੁੱਲ ਗਏ ਨੇ, ਅੱਜ ਉਹਨਾਂ ਨੇ ਬਖੂਬੀ ਇਹ ਚੀਜ਼ਾਂ ਬਣਾ ਕੇ ਪੇਸ਼ ਕੀਤੀਆਂ ਨੇ। ਸੋ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਬੱਚਿਆਂ ਨੂੰ ਅਸੀਂ ਕਿਹਾ ਸੀਗਾ, ਬੱਚਿਆਂ ਨੇ ਸਾਡਾ ਸਾਥ ਦਿੱਤਾ ਹੈ, ਬੱਚੇ ਬਹੁਤ ਉਤਸ਼ਾਹਿਤ ਹੋ ਕੇ ਇਸ ਚੀਜ਼ 'ਚ ਭਾਗ ਲਿਆ ਹੈ। ਸਰ ਬਿਲਕੁਲ ਗਲਤ ਹੈ ਇਸ ਚੀਜ਼ ਨੂੰ। ਆਪਾਂ ਆਪਣੇ ਸਕੂਲ ਦੀ ਅਗਰ ਗੱਲ ਕਰੀਏ ਤਾਂ ਪੰਜਾਬੀ ਜਿਹੜੀ ਹੈ ਆਪਾਂ ਨੂੰ ਪਹਿਲ ਦੇ ਆਧਾਰ 'ਤੇ ਕਿਤੇ ਵੀ ਬੱਚੇ ਨੂੰ ਅਜਿਹਾ ਫਾਈਨ ਨਹੀਂ ਹੈ। ਬਹੁਤ ਸਾਰੇ ਸਕੂਲ ਇੱਦਾਂ ਦੇ ਹੈ ਕਿ ਜੇ ਬੱਚੇ ਨੇ ਕੋਈ ਇੱਕ ਸ਼ਬਦ ਬੋਲਦਾ 30 ਰੁਪਏ ਫਾਈਨ, 40 ਰੁਪਏ ਫਾਈਨ, ਇੰਨੀਆਂ ਪੇਰੈਂਟਸ ਜਿਹੜੇ ਉਹ ਫੀਸਾਂ ਨਹੀਂ ਦੇ ਰਹੇ ਜਿੰਨਾ ਕਿ ਉਹ ਜੁਰਮਾਨਾ ਹੀ ਭਰ ਰਹੇ ਆ। ਪਰ ਆਪਣੇ ਸਕੂਲ ਦੇ ਵਿੱਚ ਅਜਿਹਾ ਨਹੀਂ ਹੈ, ਬੱਚੇ ਨੂੰ ਪੂਰੀ ਖੁੱਲ੍ਹ ਹੈ। ਈਵਨ ਆਪਾਂ ਜਿਹੜਾ ਬੱਚੇ ਨੂੰ ਸਿਖਾਉਂਦੇ ਵੀ ਹਾਂ, ਉਹ ਅਗਰ ਮਾਂ ਬੋਲੀ ਦੇ ਵਿੱਚ ਉਹ ਸਿੱਖਣਾ ਪਸੰਦ ਕਰਦਾ ਤਾਂ ਆਪਾਂ ਉਹਦੇ ਵਿੱਚ ਇਹਨੂੰ ਵਧੀਆ ਸਿੱਖਿਆ ਦੇ ਰਹੇ ਹਾਂ ਕਿ ਬੱਚਾ ਸਾਡਾ ਮੇਨ ਹੈ ਕਿ ਬੱਚੇ ਨੂੰ ਗਿਆਨ ਮਿਲੇ, ਨਾ ਕਿ ਕੋਈ ਵੀ ਜਿਹੜੀ ਭਾਸ਼ਾ ਉਹਦੇ 'ਤੇ ਥੋਪੀ ਜਾਵੇ। ਆਪਾਂ ਕੋਈ ਇੱਦਾਂ ਦਾ ਹਿੰਦੀ ਬੱਚੇ 'ਤੇ ਬੋਝ ਨਹੀਂ ਹੈ, ਕੋਈ ਇੰਗਲਿਸ਼ ਬੋਝ ਨਹੀਂ ਹੈ, ਮਤਲਬ ਜਿਹਦੇ ਵਿੱਚ ਬੱਚਾ ਵਧੀਆ ਸਿੱਖੇ ਆਪਾਂ ਉਹੀ ਪ੍ਰੈਫਰ ਕਰਦੇ ਹਾਂ। ਕੋਈ ਜੁਰਮਾਨਾ ਨਹੀਂ ਹੈ, ਕੁਛ ਇੱਦਾਂ ਦੀ ਚੀਜ਼ ਨਹੀਂ ਹੈ। ਸਰ ਲਗਭਗ ਆਪਾਂ ਮੰਨ ਕੇ ਚੱਲ ਸਕਦੇ ਹਾਂ ਕਿ 21 ਸਾਲ ਹੋ ਗਏ ਆ।
ਜੀ ਪਹਿਲੇ ਤਾਂ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ। ਵਿਸਾਖੀ ਦਾ ਜਿਹੜਾ ਅੱਜ ਆਪਾਂ ਮੇਲਾ ਸਕੂਲ ਦੇ ਵਿੱਚ ਲਗਵਾਇਆ ਗਿਆ, ਮੇਨ ਮਕਸਦ ਇਹਦਾ ਇਹ ਸੀਗਾ ਜਿਹੜੀ ਆਪਣੀ ਲੋਕਲ ਆਰਟ ਹੈ, ਜਿੱਦਾਂ ਅੱਜ ਤੋਂ 70-80 ਸਾਲ ਪਹਿਲੇ ਜਾਂ 100 ਸਾਲ ਪਹਿਲੇ ਜਿਹੜੀਆਂ ਚੀਜ਼ਾਂ ਅੱਜ ਟੈਕਨੋਲੋਜੀ ਨੇ ਸਾਡੇ ਤੋਂ ਖੋਲੀਆਂ, ਉਹ ਬੱਚਿਆਂ ਤੱਕ ਉਸ ਚੀਜ਼ਾਂ ਨੂੰ ਆਪਾਂ ਰਿਵਾ ਕਰਵਾ ਦਈਏ ਕਿ ਪੁਨਰ ਜਾਗਰਣ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਸ ਮਰੀ ਹੋਈ ਕਲਾ ਨੂੰ ਦੁਬਾਰੇ ਤੋਂ ਆਪਾਂ ਜਾਗ੍ਰਿਤ ਕਰਵਾਉਣਾ। ਜਿਸ ਤਰ੍ਹਾਂ ਕਿ ਇਹ ਦੇਖ ਲਓ ਜੀ, ਸਾਡੇ ਕੋਲ ਇਹ ਸਾਡੇ ਬੱਚਿਆਂ ਨੇ ਆਪ ਡਿਜ਼ਾਇਨ ਕੀਤਾ। ਇਸ ਤਰ੍ਹਾਂ ਦੇ ਬਹੁਤ ਸਾਰੀ ਇੱਦਾਂ ਦੀ ਜਵੈਲਰੀ ਹੈ ਜਿਹੜੀ ਪੁਰਾਣੇ ਸਮਿਆਂ ਦੇ ਵਿੱਚ ਚੱਲਦੀ ਸੀ। ਜਦੋਂ ਮੈਂ ਹਾਰ ਨੂੰ ਦੇਖਿਆ ਤਾਂ ਲਗਭਗ ਮੈਨੂੰ ਇੱਦਾਂ ਲੱਗਦਾ ਕਿ ਮੈਂ 200 ਸਾਲ ਪਿੱਛੇ ਪਹੁੰਚ ਗਈ। ਅਤੇ ਇਹਦਾ ਮੇਨ ਮਕਸਦ ਹੈ ਜੇ ਆਪਣਾ ਬੱਚਾ ਕੋਈ ਇਹਦੇ ਵਿੱਚ ਹੀ ਅੱਗੇ ਨਿਕਲ ਜਾਂਦਾ ਤਾਂ ਆਪਣਾ ਆਉਣ ਵਾਲੇ ਸਮੇਂ ਦੇ ਵਿੱਚ ਜੀਵਿਕਾ ਪਲੱਸ ਆਪਣੇ ਸਮਾਜ ਨੂੰ ਜਿਹੜੀ ਇੱਕ ਸੇਧ ਮਿਲਣੀ ਹੈ, ਔਰ ਪੁਰਾਣਾ ਇਤਿਹਾਸ ਕੀ ਸੀ ਉਹਦੇ ਨਾਲ ਬੱਚੇ ਨੂੰ ਜੋੜਨਾ।